ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ 26 ਤਰੀਕ ਨੂੰ ਵੀਰਵਾਲ ਦਿਵਸ ਦੀ ਘੋਸ਼ਣਾ ਹੋਈ ਹੈ ਤੇ ਅਸੀਂ ਸੁਣਿਆ ਤੁਸੀਂ ਇਸ ਬੰਦੀ ਚਿੱਠੀ ਵੀ ਲਿਖੀ ਹੈ ਪਹਿਲੀ ਵਾਰ ਮਨਾਇਆ ਜਾਣਾ ਹੈ ਇਸ ਬੰਦੀ ਤੁਹਾਡੇ ਕੀ ਵਿਚਾਰ ਨੇ ਦੇਖੋ ਇਸ ਤਰ੍ਹਾਂ ਹੈ ਕਿ ਮੇਰਾ ਜਿਹੜਾ ਜਨਮ ਹੈ ਨਾ ਉਹ ਜੀ ਸ਼੍ਰੀ ਫਤਿਹਗੜ ਸਾਹਿਬ ਤੋਂ 4 ਕਿਲੋਮੀਟਰ ਦੂਰ ਇੱਕ ਕਸਬਾ ਹੈ ਬਸੇ ਬਠਾਨਾ ਜੀ ਉੱਥੇ ਮੇਰਾ ਜਨਮ ਹੋਇਆ ਸੀ ਔਰ ਅਸੀਂ ਬਚਪਨ ਤੋਂ ਹੀ ਗੁਰਦੁਆਰਾ ਸਾਹਿਬ ਸਾਡਾ ਜਾਣਦਾ ਜਿਹੜਾ ਸੀਗਾ ਉਹ ਹਰ ਸਾਲ ਜਦੋਂ ਵੀ ਸਭਾ ਹੋਣੀ ਜੀ ਉਹਨਾਂ ਦੇ ਤੇ ਸ਼ਹਾਦਤ ਦੇ ਦਿਨਾਂ ਦੇ ਵਿੱਚ ਅਸੀਂ ਗੁਰਦੁਆਰਾ ਸਾਹਿਬ ਵੀ ਜਾਂਦੇ ਸੀ ਜੀ ਔਰ ਬਚਪਨ ਤੋਂ ਹੀ ਕੁਝ ਚੀਜ਼ਾਂ ਜਿਹੜੀਆਂ ਨਾ ਮੇਰੇ ਇਸ ਜੀਵਨ 'ਚ ਜੁੜੀਆਂ ਹੋਈਆਂ ਜਿਦੇ ਵਿੱਚ ਮੇਰੇ ਯਾਦ ਆ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਤੇ ਸਾਡਾ ਇੱਕ ਪੁਰਾਣੀ ਹਵੇਲੀ ਬਾਜ਼ਾਰ ਦੇ ਵਿੱਚ ਹੈਗੀ ਬਣੀ ਹੋਈ ਉਹਦੇ ਉੱਥੇ ਸਾਡੇ ਦਾਦਾ-ਦਾਦੀ ਜੀ ਰਹਿੰਦੇ ਸੀਗੇ ਔਰ ਅਸੀਂ ਸਭ ਬੱਚੇ ਇਕੱਠੇ ਹੋ ਕੇ ਦਾਦਾ ਜੀ ਕੋਲ ਸੌਣ ਕਦੇ-ਕਦੇ ਚਲਾ ਜਾਂਦੇ ਸੀ ਤੇ ਉੱਥੇ ਫਿਰ ਮੇਰੇ ਯਾਦ ਹੈ ਕਿ ਸਵੇਰੇ-ਸਵੇਰੇ 4 ਵਜੇ ਨਾ ਜੀ ਕਿਉਂਕਿ ਬਾਜ਼ਾਰ ਦੇ ਵਿੱਚ ਹੋਣ ਕਰਕੇ ਨਾ ਬਾਜ਼ਾਰ ਵਾਲ ਨੂੰ ਖਿੜਕੀ ਖੁੱਲਦੀ ਸੀ ਉਹ ਜਿੱਥੇ ਅਸੀਂ ਸੌਂਦੇ ਸੀ ਜੀ ਤੇ ਸਵੇਰੇ-ਸਵੇਰੇ 4 ਵਜੇ ਇੱਕ ਆਵਾਜ਼ ਆਉਂਦੀ ਸੀ ਲਾਠੀ ਖੜਕਣ ਦੀ ਛੋਟੀ ਖੜਕਦੀ ਸੀ ਤੇ ਨਾਲ-ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਇੱਕ ਵਿਅਕਤੀ ਨਿਕਲਦਾ ਸੀਗਾ ਤੇ ਸਾਡੇ ਦਾਦਾ ਜੀ ਨੇ ਆਵਾਜ਼ ਦੇਣੀ ਸਾਡੀ ਦਾਦੀ ਜੀ ਨੂੰ ਕਿ ਵੀ ਉਠੋ 4 ਵਜ ਗਏ ਆ ਹਰੀ ਬਸਿਆ ਨਿਕਲ ਗਿਆ ਹਰੀ RAM ਇੱਕ ਬਜ਼ੁਰਗ ਵਿਅਕਤੀ ਸੀ ਹਿੰਦੂ ਅਗਰਵਾਲ ਸੀ ਜੀ ਜਿਹੜਾ ਕਿ ਰੋਜ਼ ਸਵੇਰੇ ਘਰ ਤੋਂ ਦੇਸੀ ਕੀ ਦੀ ਦੇਕ ਤਿਆਰ ਕਰਕੇ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਉਹਨੇ ਰੋਜ਼ ਮੱਥਾ ਟੇਕਣਾ ਔਰ ਬੜੇ ਲੰਬੇ ਸਮੇਂ ਤੋਂ ਉਹਦੀ ਰੁਟੀਨ ਸੀ ਜੀ ਤੇ ਅਸੀਂ ਕਦੇ ਸਿਰਫ ਇੰਨੀ ਗੱਲ ਮੰਨ ਚ ਕਿਉਂਕਿ ਬਚਪਨ ਸੀ ਜਿਆਦਾ ਇਹਨਾਂ ਗੱਲਾਂ ਦਾ ਉਹ ਨਹੀਂ ਸੀ ਤੇ ਹਮੇਸ਼ਾ ਹੀ ਆਣਾ ਕਿ ਜਿਸ ਤਰ੍ਹਾਂ ਅਸੀਂ ਮੰਦਰ ਜਾਂਦੇ ਆ ਉਸ ਤਰ੍ਹਾਂ ਗੁਰਦੁਆਰਾ ਸਾਹਿਬ ਵੀ ਜਾਂਦੇ ਆ ਉਸ ਤਰ੍ਹਾਂ ਹਰੀ ਬਸਿਆ ਜੀ ਵੀ ਜਾਂਦੇ ਨੇ ਜੀ ਇੰਨੀਆਂ ਚੀਜ਼ਾਂ ਹਮੇਸ਼ਾ ਦਿਮਾਗ 'ਚ ਰਹਿੰਦੀਆਂ ਸੀਗੀਆਂ ਪਰ ਜਿਵੇਂ ਜਿਵੇਂ ਅਸੀਂ ਥੋੜਾ ਵੱਡੇ ਹੋਏ ਨਾ ਫਿਰ ਸਾਨੂੰ ਕੁਝ ਚੀਜ਼ਾਂ ਸਮਝ ਆਣ ਲੱਗੀਆਂ ਜੀ ਹਰ ਸਾਲ ਜਦੋਂ 11 12 13 ਨੂੰ ਜਦੋਂ ਅਸੀਂ ਦਿਨਾਣੇ ਸ਼ਹਾਦਤ ਦੇ ਤੇ ਸਾਡੇ ਪਿਤਾ ਜੀ ਸਾਨੂੰ ਲੈ ਕੇ ਜਾਂਦੇ ਸੀ ਉੱਥੇ ਸ਼੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਜੀ ਮਾਤਾ ਦੇ ਕੇ ਉਥੇ ਉਹਨਾਂ ਦਿਨਾਂ ਦੇ ਵਿੱਚ ਪੁਰਾਣਾ ਟਾਈਮ ਸੀ ਜਦੋਂ ਸਰਕਸਾਂ ਚੂਲੇ ਐਸਾ ਬਹੁਤ ਲੱਗਦੇ ਹੁੰਦੇ ਸੀਗੇ ਤੋਂ ਸਾਨੂੰ ਦਿਖਾਉਣੀਆਂ ਫੁੱਟਬਾਲ ਦਾ ਟੂਰਨਾਮੈਂਟ ਵੀ ਦਿਖਾਣਾ ਉਹਨਾਂ ਨੇ ਬਾਅਦ ਦੇ ਵਿੱਚ ਤਾਂ ਬੜਾ ਉਥੇ ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਫੀ ਸਲਾਹਾਂਯੋਗ ਕਦਮ ਹੈ ਕਿ ਉਹਨਾਂ ਨੇ ਉੱਥੋਂ ਸਭ ਇਹ ਮਨੋਰੰਜਨ ਦੀਆਂ ਚੀਜ਼ਾਂ ਨੂੰ ਹਟਾਇਆ ਔਰ ਧਾਰਮਿਕ ਸਮਾਗਮ ਔਰ ਸਭ ਚੀਜ਼ਾਂ ਜਿਹੜੀਆਂ ਹੁਣ ਉੱਥੇ ਹੁੰਦੀਆਂ ਔਰ ਸ਼ਹਾਦਤ ਨੂੰ ਨਮਨ ਕਰਨ ਵਾਸਤੇ ਹੀ ਉੱਥੇ ਸਭ ਇਕੱਠੇ ਹੁੰਦੇ ਨੇ ਸੋ ਮੇਰੇ ਮਨ ਚ ਇੱਕ ਪ੍ਰੇਰਣਾ ਸੀ ਹਮ ਮੇਰੇ ਮਨ ਦੇ ਵਿੱਚ ਸੀ ਕਿ ਹਮੇਸ਼ਾ ਜਿਹੜੀਆਂ ਇਹ ਇੱਕ ਐਸੀ ਅਦੁੱਤੀ ਸ਼ਹਾਦਤ ਜੀ ਛੋਟੇ ਸਹਿਬਜ਼ਾਦਿਆਂ ਦੀ ਜੀ ਜਿਹਨੂੰ ਸੋਚ ਕੀ ਰੌਂਟੇ ਖੜੇ ਹੋ ਜੰਨੇ ਆ ਸੋ ਮੇਰੇ ਮਨ ਚ ਸੀਗਾ ਸੋ ਇਸ ਕਰਕੇ ਮੈਨੂੰ 14 ਨਵੰਬਰ 2021 ਹਮ ਹਮ ਜਦੋਂ ਬਾਲ ਦਿਵਸ ਮਨਾਉਂਦੇ ਆ ਉਸ ਦਿਨ ਮੇਰੇ ਮਨ ਦੇ ਵਿੱਚ ਬੜਾ ਇਹ ਸੀ ਹਮੇਸ਼ਾ ਰਹਿੰਦਾ ਸੀ ਕਿ ਇਹ ਬਾਲ ਦਿਵਸ ਪਤਾ ਨਹੀਂ ਕਿਉਂ ਮਨਾਇਆ ਜਾਂਦਾ ਜਦ ਕੇ ਬਾਲ ਦੀਵਸਤਾ ਮਨਾਇਆ ਜਾਣਾ ਚਾਹੀਦਾ ਹੈ ਉਹ ਛੋਟੇ ਛੋਟੇ ਬੱਚੇ ਥੋੜਾ ਆਪਾ ਕਲਪਨਾ ਕਰੀਏ ਤੁਸੀਂ ਵੀ ਮੇਰੇ ਨਾਲ ਕਲਪਨਾ ਕਰੋ ਕਿ 7 ਸਾਲ ਦਾ ਬੱਚੇ ਔਰ 9 ਸਾਲ ਦਾ ਬੱਚਾ ਜੀ ਜਿਹਨੂੰ ਦੀਵਾਰ ਚ ਚਨਾਵਾਇਆ ਗਿਆ ਔਰ ਫਿਰ ਉਸ ਤੋਂ ਬਾਅਦ ਜਿਸ ਟੰਗ ਨਾਲ ਉਹਨਾਂ ਦੀ ਸ਼ਹਾਦਤ ਹੋਈ ਹੈ ਆਪਣੇ ਧਰਮ ਦੀ ਖਾਤਰ ਆਪਣੀ ਸੰਸਕ੍ਰਿਤੀ ਦੀ ਖਾਤਰ ਔਰ ਆਪਣੀ ਮਿੱਟੀ ਦੀ ਖਾਤਰ ਉਹਨਾਂ ਨੇ ਆਪਣਾ ਸਿਦਕ ਨਹੀਂ ਛੱਡਿਆ ਔਰ ਸ਼ਹਾਦਤ ਦੇ ਦਿੱਤੀ ਗੁਰੂ ਸਾਹਿਬ ਦੀ ਪ੍ਰੇਰਨਾ ਤੋਂ ਸੋ ਮੇਰੇ ਮਨ ਚ ਵਿਚਾਰ ਸੀ ਮੈਂ ਇਸ ਕਰਕੇ ਚਿੱਠੀ ਲਿਖੀ ਪ੍ਰਧਾਨ ਮੰਤਰੀ ਜੀ ਨੂੰ ਕਿ ਕਿਉਂ ਨਾ 25 26 27 ਜੋ ਆਮੂਮਨ 11 12 ਤੇ ਹੁੰਦੇ ਉਹ ਹੁੰਦੀ ਹੈ ਜੀ ਉਸ ਦਿਨ ਨੂੰ ਕਿਉਂ ਨਹੀਂ ਬਾਲ ਦਿਵਸ ਦੇ ਰੂਪ ਚ ਬਣਾਇਆ ਜਾਣਾ ਚਾਹੀਦਾ ਜੀ ਸੋ ਮੈਂ ਆਪਣੇ ਮਨ ਨੂੰ ਫਿਰ ਉਹਨਾਂ ਦੇ ਨਾਲ ਜਗਾਇਆ ਹੁਣ ਮੈਨੂੰ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਪ੍ਰਧਾਨ ਮੰਤਰੀ ਜੀ ਨੇ ਮੇਰੀ ਚਿੱਠੀ ਤੋਂ ਬਾਅਦ ਐਸਾ ਕੀਤਾ ਹੋਵੇਗਾ ਹਮਮ ਪਰ ਜਨਵਰੀ 2022 ਦੇ ਵਿੱਚ ਘੋਸ਼ਣਾ ਹੋਈ ਹੈ ਜੀ ਔਰ ਮੇਰੇ ਮਨ ਨੂੰ ਬੜਾ ਸਕੂਨ ਹੋਇਆ ਜਦੋਂ ਇਹ ਘੋਸ਼ਣਾ ਹੋਈ ਇਦੇ ਪਿੱਛੇ ਤੁਹਾਡਾ ਕੀ ਮੰਤਵ ਹੈ ਮਤਲਬ ਪੰਜਾਬੀਆਂ ਨੂੰ ਇਹ ਵੀਰਵਾਲ ਦਿਵਸ ਮਨਾਉਣ ਸੰਬੰਧੀ ਤੁਹਾਡਾ ਕੀ ਉਦੇਸ਼ ਹੈ ਦੇਖੋ ਇਸ ਤਰ੍ਹਾਂ ਹੈਗਾ ਕਿ ਇੱਕ ਐਸੀ ਅਦੁੱਤੀ ਸ਼ਹਾਦਤ ਸੀਲ ਸਾਨੀ ਸ਼ਹਾਦਤ ਸੀ ਜਿਹਦੀ ਦੁਨੀਆ ਦੇ ਵਿੱਚ ਕੋਈ ਮਿਸਾਲ ਨਹੀਂ ਹੈਗੀ ਜੀ ਸਿੰਗਲ ਮਿਸਾਲ ਵੀ ਦੁਨੀਆ ਦੇ ਵਿੱਚ ਐਸੀ ਮਿਲਦੀ ਨਹੀਂ ਨਹੀਂ ਮਿਲਦੀ ਤੇ ਅੱਜ ਵੀ ਮੈਂ ਸੋਚਦਾ ਕਿ ਜਦੋਂ ਮਨ ਦੇ ਵਿੱਚ ਉਹ ਗੱਲ ਆਂਦੀ ਹੈ ਤੇ ਅੱਖਾਂ 'ਚੋਂ ਹੰਝੂ ਆ ਜਾਂਦੇ ਜੀ ਤੇ ਔਰ ਪਰ ਸਾਡੇ ਪੂਰੇ ਦੇਸ਼ ਵਾਸੀਆਂ ਨੂੰ ਮੈਂ ਪੰਜਾਬ ਚ ਵੀ ਕਹਿੰਦਾ ਕਿ ਪੰਜਾਬ ਚ ਵੀ ਕਾਫੀ ਲੋਕ ਐਸੇ ਹੋਣਗੇ ਹਜੇ ਵੀ ਜਿਨ੍ਹਾਂ ਨੂੰ ਇਸ ਸ਼ਹਾਦਤ ਦੇ ਮਾਣੇ ਨਹੀਂ ਪਤਾ ਬਿਲਕੁਲ ਅੱਜ ਜਿਹੜੇ ਲੋਕ ਪੰਜਾਬ ਚ ਵੰਡੀਆਂ ਪਾਣੀਆਂ ਚਾਹੁੰਦੇ ਨੇ ਜੀ ਪੰਜਾਬ ਦੇ ਵਿੱਚ ਭਾਈਚਾਰੇ ਦੀ ਲੜਾਈ ਪਾਣਾ ਚਾਹੁੰਦੇ ਨੇ ਜੀ ਉਹ ਗੁਰੂ ਸਾਹਿਬ ਦੇ ਬੱਚਿਆਂ ਨੂੰ ਪੜ ਲੈਣ ਉਹਨਾਂ ਦੇ ਜੀਵਨ ਨੂੰ ਪੜ ਲੈਣ ਬਿਲਕੁਲ ਗੁਰੂ ਸਾਹਿਬ ਦੇ ਬੱਚਿਆਂ ਦੀ ਸ਼ਹਾਦਤ ਨੂੰ ਪੜ ਲੈਣ ਹਮ ਹਮ ਮਨ ਚ ਕੋਈ ਕਲਪਨਾ ਹੀ ਨਹੀਂ ਕਰ ਸਕਦਾ ਜੀ ਮਨ ਦੇ ਵਿੱਚ ਇਹ ਵਿਚਾਰ ਨਹੀਂ ਆਏਗਾ ਕਿ ਇਹ ਪਾਈਚਾਰਾ ਜਿਹੜਾ ਉਹਦੇ ਵਿੱਚ ਕੋਈ ਅੰਤਰ ਹੈ ਜੀ ਇਸ ਕਰਕੇ ਮੈਂ ਹਮੇਸ਼ਾ ਇਹ ਗੱਲ ਸੋਚਦਾ ਸੀ ਕਿ ਜਿਹੜੇ ਛੋਟੇ-ਛੋਟੇ ਬੱਚਿਆਂ ਨੇ ਜੀ ਗੁਰੂ ਸਾਹਿਬ ਤੋਂ ਪ੍ਰੇਰਣਾ ਲੈ ਕੇ ਸ਼ਹਾਦਤ ਦੇ ਦਿੱਤੀ ਹੂੰ ਹੂੰ ਤੇ ਅੱਜ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਬਿਲਕੁਲ ਔਰ ਮੈਨੂੰ ਬੜੀ ਸੋਚ ਕੇ ਇਸ ਗੱਲ ਦੀ ਖੁਸ਼ੀ ਮਹਿਸੂਸ ਹੋਈ ਇੱਕ ਘਟਨਾ ਮੈਂ ਤੁਹਾਨੂੰ ਹੋਰ ਜੋੜਦਾ ਜੀ ਦੇ ਦਸੰਬਰ 2012 ਦੇ ਵਿੱਚ ਮੈਂ ਆਪਣੇ ਪਾਰਟੀ ਦਾ ਸਾਡੀ ਦਾ ਜਿਹੜਾ ਹੈੱਡ ਆਫਿਸਾ ਦਿੱਲੀ ਵਿਖੇ 11 ਸ਼ੋਕਾ ਰੋਡ ਹੁੰਦਾ ਸੀ ਉਹਨਾਂ ਦੇ ਨਾਲ ਜੀ ਤੇ ਉੱਥੇ ਮੈਂਬਰਸ਼ਿਪ ਅਭਿਆਨ ਨੂੰ ਲੈ ਕੇ ਮੈਨੂੰ ਪੰਜਾਬ ਦਾ ਇੰਚਾਰਜ ਬਣਾਇਆ ਗਿਆ ਤੇ ਮੈਂ ਮੀਟਿੰਗ ਚ ਗਿਆ ਉੱਥੇ ਹਮ ਜਿਹੜੇ ਅੱਜ ਦੇ ਸਾਡੇ ਕੌਮੀ ਪ੍ਰਧਾਨ ਨੇ ਮਾਨਯੋਗ ਸ਼੍ਰੀ ਜੇਪੀ ਨੱਡਾ ਜੀ ਉਸ ਸਮੇਂ ਉਹ ਜਨਰਲ ਸੈਕਟਰੀ ਸੀ ਉਹ ਇਸ ਮੈਂਬਰਸ਼ਿਪ ਦੇ ਇੰਚਾਰਜ ਵੀ ਸੀਗੇ ਤੇ ਉਹਨਾਂ ਦੇ ਨਾਲ ਸਾਡੇ ਸੰਗਠਨ ਮੰਤਰੀ ਹੁੰਦੇ ਸੀ ਜਨਰਲ ਸੈਕਟਰੀ ਸੰਗਠਨ શ્રીਮਾਨ ਰਾਮ ਲਾਲ ਜੀ ਜੀ ਉਹ ਦੋਨੇ ਬੈਠਕ ਕਰ ਰਹੇ ਸੀ ਔਰ ਪੰਜਾਬ ਦੇ ਦੇਸ਼ ਦੇ ਸਾਰੇ ਪ੍ਰਦੇਸ਼ਾਂ ਚੋਂ ਲੋਕ ਪ੍ਰਮੁੱਖ ਆਏ ਹੋਏ ਸੀਗੇ ਅਚਨਚੇ ਇਕਦਮ માનਯੋ ਗ੍ਰਾਮ ਲਾਲ ਜੀ ਨੇ ਗੱਲ ਕੀਤੀ ਕਿ ਅੱਜ ਉਹੀ ਇਹੀ ਦਿਨ ਚੱਲ ਰਹੇ ਸੀ 11 12 13 ਪੋਦੇ ਜੀ ਉਹਨਾਂ ਨੇ ਛੋਟੇ ਸਾਹਿਬ ਜਦਿਆਂ ਨੂੰ ਯਾਦ ਕਰਦੇ ਹੋਏ ਇਹ ਗੱਲ ਆ ਜਿਗਰ ਕੀਤਾ ਕਿ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਇੱਕ ਬਹੁਤ ਵੱਡਾ ਭਾਰੀ ਇਕੱਠ ਹੁੰਦਾ ਜਦੋਂ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਨੂੰ ਨਮਨ ਕਰਨ ਵਾਸਤੇ ਬੜੀ ਵੱਡੀ ਪੱਦਰ ਤੇ ਲੋਕ ਪਹੁੰਚਦੇ ਆ ਔਰ ਫਿਰ ਉਹਨਾਂ ਨੇ ਸਭ ਨੂੰ ਕਿਹਾ ਕਿ ਆਪਾਂ ਸਾਰੇ ਖੜੇ ਹੋ ਕੇ ਨਮਨ ਕਰੀਏ ਸ਼ਰਦਾਂਜਲੀ ਅਰਪਿਤ ਕੀਤੀ ਕਰੀਏ ਜੀ ਔਰ ਮੈਂ ਸੋਚ ਕੇ ਕਿ ਸਾਡੀ ਪਾਰਟੀ ਦੇ ਵਿੱਚ ਇੰਨਾ ਜਿਹੜਾ ਹੈਗਾ ਉਹ ਸੋਚ ਰੱਖਦੀ ਹੈ ਮੇਰੀ ਆਪਣੀ ਅੱਖਾਂ ਦੇ ਵਿੱਚ ਵੀ ਫਿਰ ਦੁਬਾਰਾ ਹੰਝੂ ਆਏ ਉਸ ਸਮੇਂ ਕਿ ਵੀ ਕਿੰਨੀ ਵੱਡੀ ਸੋਚ ਸਾਡੀ ਪਾਰਟੀ ਦੀ ਹੈਗੀ ਹੈ ਜੀ ਔਰ ਇਸੇ ਢੰਗ ਨਾਲ ਮਨ ਦੇ ਵਿੱਚ ਹਮੇਸ਼ਾ ਰਹਿੰਦਾ ਸੀ ਹਮਮ ਕਿ ਸਹਿਬਜ਼ਾਦਿਆਂ ਨੂੰ ਕਿਸ ਤਰ੍ਹਾਂ ਕਿਸ ਢੰਗ ਨਾਲ ਪੂਰੀ ਦੁਨੀਆ ਉਹਨਾਂ ਨੂੰ ਦੇਖੇ ਉਹਨਾਂ ਦੀ ਸ਼ਹਾਦਤ ਨੂੰ ਬਾਰੇ ਪੜ੍ਹੇ ਕਿ ਕਿਉਂ ਇਹ ਸ਼ਹਾਦਤ ਹੋਈ ਹੈਗੀ ਇਸ ਕਰਕੇ ਮੇਰੇ ਮਨ ਦੇ ਵਿੱਚ ਇਹ ਵਿਚਾਰ ਆਇਆ ਸੀਗਾ ਔਰ ਮੈਂ ਚਿੱਠੀ ਲਿਖੀ ਜੀ ਤੇ ਵੀਰ ਬਾਲ ਦਿਵਸ ਸੰਬੰਧੀ ਪੰਜਾਬ ਦੇ ਵਿੱਚ ਭਾਜਪੀ ਕੀ ਕੀ ਉਪਰਾਲੇ ਕਰ ਰਹੀ ਹੈ ਜਾਂ ਕੀ ਕੀ ਪ੍ਰੋਗਰਾਮ ਲੈ ਕੇ ਆ ਰਹੀ ਹੈ ਕਿ ਲੋਕਾਂ ਨੂੰ ਇਸ ਤੋਂ ਸਿੱਖਿਆ ਮਿਲੇ ਹੋਰ ਜਾਂਦਾ ਦੇਖੋ ਅਸੀਂ ਇਸ ਵਾਰ 26 ਦਸੰਬਰ ਨੂੰ ਪਹਿਲੀ ਵਾਰ ਇਹ ਦਿਹਾੜਾ ਆਣਾ ਹੈ ਜੀ ਦੇਹਾੜਾ ਤਾਂ ਹਰ ਸਾਲ ਆਂਦਾ ਪੀਰਵਾਲ ਦਿਵਸ ਦੇ ਰੂਪ ਜਿਹੜੀ ਸਰਕਾਰੀ ਕੋਸ਼ਨਾ ਹੋਈ ਹੈ ਉਹ ਉਹ ਪਹਿਲੀ ਵਾਰੀ ਆਣਾ ਹੈ ਪਰ ਅਸੀਂ ਆਪਣੇ ਤੌਰ ਤੇ ਇਹਨੂੰ ਕੋਈ ਰਾਜਨੀਤਿਕ ਰੰਗਤ ਨਹੀਂ ਦੇਣਾ ਚਾਹੁੰਦੇ ਕੇਵਲ ਸ਼ਰਧਾ ਦੇ ਸਰੂਪ ਦੇ ਵਿੱਚ ਪਾਰਟੀ ਦੇ ਸਭ ਕਾਰਜਕਰਤਾ ਇਹਨੂੰ ਮਨਾਣ ਉਸ ਨਾਤੇ ਸਾਡੇ ਬਲਾਕ ਨੇ ਜਿਹੜੇ ਪਾਰਟੀ ਦੇ ਬਣੇ ਹੋਏ ਜੋ ਸਟ੍ਰਕਚਰ ਆ ਬਲਾਕਾਂ ਦਾ ਉਹ ਲਗਭਗ 400 ਦੇ ਕਰੀਬ ਬਲਾਕ ਨੇ ਸਾਡੇ ਪੰਜਾਬ ਦੇ ਵਿੱਚ ਉਹ ਸਾਰੇ ਬਲਾਕ ਦੇ ਵਿੱਚ ਗੁਰਦੁਆਰਾ ਸਾਹਿਬ ਜਾਂ ਕਿਤੇ ਵੀ ਕੋਈ ਸਾਂਝੀ ਜਗ੍ਹਾ ਤੇ ਇਕੱਠੇ ਹੋ ਕੇ ਅਰਦਾਸ ਸਮਾਗਮ ਕਰਨੇ ਜੀ ਫਿਰ ਜ਼ਿਲ੍ਹਾ ਪੱਦਰ ਤੇ ਸਹਿਬਜ਼ਾਦਿਆਂ ਦੀ ਸ਼ਹਾਦਤ ਤੇ ਉਹਨਾਂ ਦੀ ਜੀਵਨੀ ਬਾਰੇ ਦੱਸਣਾ ਉਹਨਾਂ ਦੀ ਸ਼ਹਾਦਤ ਬਾਰੇ ਦੱਸਣਾ ਐਸੇ ਸੈਮੀਨਾਰ ਕਰਵਾਉਣੇ ਜ਼ਿਲ੍ਹਾ ਪੱਦਰ ਤੇ ਉੱਪਰ ਜੀ ਔਰ 6 ਪੋ ਤੋਂ ਲੈ ਕਰਕੇ 13 ਪੋ ਤੱਕ ਜੀ ਜਦੋਂ ਇਹ ਸ਼ਹਾਦਤ ਦਾ ਹਫ਼ਤਾ ਚੱਲਦਾ ਜਿਹੜਾ ਹੂੰ ਉਸ ਦੌਰਾਨ ਉਹ ਧਾਰਮਿਕ ਸਥਾਨਾਂ ਤੇ ਜਾ ਕਰਕੇ ਪਾਰਟੀ ਦੀ ਪੂਰੀ ਲੀਡਰਸ਼ਿਪ ਨਮਨ ਵੀ ਕਰੇ ਸ਼ਰਧਾਂਜਲੀ ਅਰਪਿਤ ਕਰੇ ਔਰ ਉਹਦੇ ਨਾਲ ਨਾਲ ਸੇਵਾ ਵੀ ਕਰੇ ਬਿਲਕੁਲ ਐਸੀ ਅਸੀਂ ਜਿਹੜੀ ਹੈਗੀ ਆ ਉਹ ਇਸ ਵਾਰੀ ਬੜਾਇਆ ਹੈਗਾ ਔਰ ਉਹਦੇ ਉਹ ਅਸੀਂ 22 ਤਰੀਕ ਤੋਂ ਲੈ ਕੇ 27 ਅ ਦਸੰਬਰ ਤੱਕ ਸਾਰਾ ਕਰ ਰਹੇ ਹਾਂ ਸਾਡੇ ਪਾਰਟੀ ਦੇ ਸੁਭਾ ਪ੍ਰਧਾਨ ਜੀ ਤੋਂ ਲੈ ਕੇ ਜਿੰਨੀ ਵੀ ਸੀਨੀਅਰ ਲੀਡਰਸ਼ਿਪ ਹੈ ਸਾਰੀ ਇਹ ਵੀਰਵਾਲ ਦਿਵਸ ਦੇ ਉੱਪਰ ਨਮਨ ਕਰੇਗੀ ਸਾਬ ਜਦਿਆਂ ਨੂੰ ਜੀ ਬਿਲਕੁਲ ਜੀਵਨ ਜੀ ਇੱਕ ਪਾਸੇ ਤੇ ਜਿੱਦਾਂ ਕਿ ਇਤਿਹਾਸ ਬਾਰੇ ਸਾਰਿਆਂ ਨੂੰ ਜਾਣੂ ਕਰਵਾਉਣ ਵਾਸਤੇ ਤੁਸੀਂ ਇੱਕ ਉਪਰਾਲਾ ਕੀਤਾ ਬੜਾ ਹੀ ਅਨੋਖਾ ਕਦਮ ਚੁੱਕਿਆ ਪਰ ਦੂਸਰੇ ਪਾਸੇ ਇੱਕ ਹਿਸਾਬ ਨਾਲ ਧਰਮ ਪਰਵਰਤਨ ਵੀ ਹੋ ਰਹੇ ਨੇ ਲੋਕ ਆਪਣੇ ਧਰਮ ਤੋਂ ਜਿਹੜੇ ਹਟਦੇ ਹੋਏ ਨਜ਼ਰ ਆ ਰਹੇ ਨੇ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਦੇਖੋ ਤੁਹਾਡਾ ਬਹੁਤ ਵਧੀਆ ਸਵਾਲ ਹੈ ਅੱਜ ਪੰਜਾਬ ਦੇ ਕਾਫੀ ਲੋਕ ਜਿਹੜੇ ਨੇ ਉਹ ਡਿਵਰਟ ਹੋ ਰਹੇ ਨੇ ਬਿਲਕੁਲ ਚਾਹੇ ਉਹ Hindu ਧਰਮ ਦੇ ਤੋਂ ਸਬੰਧਤ ਹੋਣ ਚਾਹਤੇ ਹੈ Sikh ਧਰਮ ਤੋਂ ਜੀ ਸੋ ਇੱਕ ਬਹੁਤ ਅਵੇਅਰਨੈਸ ਦੀ ਜ਼ਰੂਰਤ ਹੈ ਬਿਲਕੁਲ ਔਰ ਖਾਸ ਕਰਕੇ ਜਿਹੜੀ ਇਹ ਅਦੁੱਤੀ ਲਸਾਨੀ ਸ਼ਹਾਦਤ ਹੈ ਜੀ ਇਹਦੇ ਬਾਰੇ ਉਹਨਾਂ ਲੋਕਾਂ ਤੱਕ ਪਹੁੰਚਾਉਣ ਦੀ ਬੜੀ ਜ਼ਰੂਰਤ ਹੈ ਕਿ ਜਿਨ੍ਹਾਂ ਛੋਟੇ-ਛੋਟੇ ਬੱਚਿਆਂ ਨੇ ਧਰਮ ਦੀ ਖਾਤਰ ਸ਼ਹਾਦਤ ਦਿੱਤੀ ਅੱਜ ਕਿਸ ਢੰਗ ਨਾਲ ਉਹ ਸਾਡੇ ਜਿਹੜੇ ਹਿੰਦੂ ਔਰ ਸਿੱਖ ਭਰਾਣੇ ਉਹ ਕਿਉਂ ਧਰਮ ਪਰिवर्तन ਕਰ ਰਹੇ ਨੇ ਬਿਲਕੁਲ ਕੀ ਐਸੀਆਂ ਮਜਬੂਰੀਆਂ ਕਿ ਉਹਨਾਂ ਨੂੰ ਦੂਜੇ ਪਾਸੇ ਜਾਣਾ ਪੈ ਰਿਹਾ ਜੀ ਇਸ ਕਰਕੇ ਸਾਡੇ ਧਾਰਮਿਕ ਸੰਤ ਹੂੰ ਹੂੰ ਉਹਨਾਂ ਨੂੰ ਵੀ ਇਸ ਗੱਲ ਦੀ ਅਵੇਅਰਨੈਸ ਕਰਾਉਣ ਦੀ ਬਹੁਤ ਜ਼ਰੂਰਤ ਹੈ ਔਰ ਖਾਸ ਕਰਕੇ ਇਸ ਸ਼ਹਾਦਤ ਨੂੰ ਉਹਨਾਂ ਲੋਕਾਂ ਤੱਕ ਪਹੁੰਚਾਉਣ ਦੀ ਜ਼ਰੂਰਤ ਹੈਗੀ ਹੈ ਕਿ ਭਾਈ ਤੁਸੀਂ ਅੱਜ ਧਰਮ ਪਰिवर्तन ਕਰ ਰਹੇ ਹੋ ਇਹ ਇਹ ਸਾਨੂੰ ਮਿਲਿਆ ਕਿੱਥੋਂ ਹੈ ਜੀ ਕਿੰਨੀਆਂ ਸ਼ਹਾਦਤਾਂ ਤੋਂ ਬਾਅਦ ਅਸੀਂ ਇਸ ਤੋਂ ਨਿਕਲ ਕੇ ਬਾਹਰ ਆਏ ਸੋ ਇਹ ਚੀਜ਼ ਦੱਸਣ ਦੀ ਜ਼ਰੂਰਤ ਹੈ ਸਮੈਂ ਤੁਹਾਡਾ ਸਵਾਲ ਬੜਾ ਵਧੀਆ ਹੈ ਪੰਜਾਬ ਦੇ ਅੱਜ ਦੇ ਹਾਲਾਤਾਂ ਦੇ ਬਿਲਕੁਲ ਸਟ੍ਰੀਕ ਬੈਟਦਾ ਹੈ ਜੀ ਜਿਵੇਂ ਜੀ ਇੱਕ ਮੇਰੇ ਮਨ ਚ ਇੱਕ ਇਹ ਵੀ ਹੈ ਕਿ ਜਿਵੇਂ ਕਿ ਧਰਮ ਪਰਵਤਨ ਤੇ ਚੱਲੋ ਹੋ ਰਿਹਾ ਪਰ ਹੁਣ ਪੰਜਾਬ ਦਾ ਜਿਹੜਾ ਸੂਬਾ ਹੈ ਉਹ ਵੈਸਟਰਨ ਕਲਚਰ ਚ ਜਿਹੜਾ ਉਹ ਜਾ ਰਿਹਾ ਹੈਗਾ ਦਸੰਬਰ ਦਾ ਮਹੀਨਾ ਸ਼ਹਾਦਤਾਂ ਨੂੰ ਯਾਦ ਕਰਨ ਦੀ ਬਜਾਏ ਕੋਈ ਵੈਸਟਰਨ ਜਿਹੜਾ ਪ੍ਰੋਗਰਾਮ ਉਹ ਜਿਹੜੇ ਮਨਾਉਂਦੇ ਨੇ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹਨ ਨਹੀਂ ਦੇਖੋ ਇਹ ਇਹ ਜਿਹੜਾ ਇਹ ਦਿਨ ਨੇ ਮੇਰੇ ਯਾਦ ਹੈ ਕਿ ਖਾਸ ਕਰਕੇ ਫਤਿਹਗੜ ਸਾਹਿਬ ਦੇ ਆਸ-ਪਾਸ ਦੀ ਜਿਹੜੀ ਸੰਗਤ ਹੈ ਜੀ ਉਹ ਇਹਨਾਂ ਦਿਨਾਂ 'ਚ ਅੱਜ ਵੀ ਬਹੁਤ ਆਤ ਜਿਹੜੇ ਇਸ ਸ਼ਹਾਦਤ ਨੂੰ ਸਮਝਣ ਵਾਲੇ ਲੋਕ ਨੇ ਉਹ ਪੁੰਜੇ ਸੌਂਦੇ ਨੇ ਜ਼ਮੀਨ ਤੇ ਬਿਲਕੁਲ ਔਰ ਬਿਲਕੁਲ ਸਾਦਾ ਖਾਂਦੇ ਨੇ ਹੂੰ ਹੂੰ ਭੋਜਨ ਵੀ ਉਹਨਾਂ ਦੇ ਘਰਾਂ ਦੇ ਵਿੱਚ ਕੋਈ ਲੈਵਿਸ਼ ਭੋਜਨ ਨਹੀਂ ਬਣਦਾ ਖਾਣਾ ਵੀ ਬਿਲਕੁਲ ਸਾਦਾ ਹੁੰਦਾ ਹੈਗਾ ਜੀ ਔਰ ਕੋਈ ਵੀ ਸ਼ੁਭ ਕੰਮ ਇਨਾ ਦਿਨਾਂ ਚ ਬਿਲਕੁਲ ਨਹੀਂ ਕੋਈ ਕਰਦਾ ਹੈਗਾ ਹੂੰ ਹੂੰ ਸੋ ਮੈਂ ਇਹ ਇਹ ਤਾਂ ਪੂਰੇ ਮੈਂ ਤਾਂ ਪੰਜਾਬ ਦੇ ਸਾਰੇ ਪੰਜਾਬੀ ਭਰਾਵਾਂ ਨੂੰ ਤਾਂ ਖਾਸ ਕਰਕੇ ਪੂਰੇ ਦੇਸ਼ ਵਾਸੀਆਂ ਨੂੰ ਵੀ ਕਹਾਂਗਾ ਐਸਾ ਪਰ ਪੰਜਾਬ ਦੇ ਲੋਕਾਂ ਨੂੰ ਤਾਂ ਮੈਂ ਵਿਸ਼ੇਸ਼ ਰੂਪ ਚ ਕਹਾਂਗਾ ਜਦੋਂ ਇਹ ਕਲਚਰ ਚੱਲ ਪਿਆ ਹੈ ਕਿ ਵੈਸਟਰਨ ਕਲਚਰ ਨੂੰ ਅਸੀਂ ਅਪਣਾ ਰਹੇ ਹਾਂ ਜਾਂ ਧਰਮ ਪਰਿਵਰਤਨ ਹੋ ਰਿਹਾ ਹੈ ਕਿ ਤੁਸੀਂ ਉਹਨਾਂ ਦੀ ਸ਼ਹਾਦਤ ਨੂੰ ਜ਼ਰੂਰ ਪੜੋ ਜਿੱਥੇ-ਜਿੱਥੇ ਵੀ ਜਿਸ ਪੱਧਰ ਤੇ ਵੀ ਚਾਹੇ ਉਹ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੈ ਚਾਹੇ ਅਨੇਕ ਹੋਰ ਸਿੱਖ ਸੰਸਥਾਵਾਂ ਨੇ ਚਾਹੇ ਅੱਜ ਹੁਣ ਭਾਜਪਾ ਦੇ ਵੀ ਸਾਡੇ ਕਾਰਜਕਰਤਾ ਇਹ ਸੈਮੀਨਾਰ ਸਮਾਗਮ ਕਰਵਾ ਰਹੇ ਨੇ ਜਾਂ ਸ਼ਹਾਦਤ ਨੂੰ ਯਾਦ ਕਰਦੇ ਹੋਏ ਨਮਨ ਅਰਦਾਸਾਂ ਕਰਵਾ ਰਹੇ ਨੇ ਉਹਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਜਰੂਰ ਸ਼ਾਮਲ ਕਰਨਾ ਤਾਂ ਕਿ ਉਹਨਾਂ ਨੂੰ ਅਵੇਅਰਨੈਸ ਹੋਵੇ ਔਰ ਹਰ ਵਰਗ ਦੇ ਵਿੱਚ ਭਾਗ ਲਵੇ ਜੀ ਤਾਂ ਕਿ ਉਹਨਾਂ ਨੂੰ ਉਹਨਾਂ ਦੀ ਸ਼ਹਾਦਤ ਬਾਰੇ ਸਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਪਤਾ ਲੱਗੇ ਤਾਂ ਕਿ ਇਹ ਸਾਰੀਆਂ ਕ੍ਰਿਤਿਆ ਤੋਂ ਅਸੀਂ ਬਾਹਰ ਆਈਏ ਬਿਲਕੁਲ ਜੀਵਨਜੀਤ ਬੰਦੀ ਸਿੰਘਾ ਦੀ ਰਿਹਾਈ ਸੰਬੰਧੀ ਤੁਹਾਡਾ ਕੀ ਵਿਚਾਰ ਹੈ ਕਿ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਉਹ ਅਜੇ ਤੱਕ ਬੰਦੀ ਨੇ ਨਹੀਂ ਦੇਖੋ ਇਸ ਤਰ੍ਹਾਂ ਹੈ ਕਿ ਇਹ ਸਾਡੇ ਪੰਜਾਬ ਦੇ ਉਹਦੇ ਨਾਲ ਬੜਾ ਜੁੜਿਆ ਹੋਇਆ ਸਵਾਲ ਹੈ ਹਮਮ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਜੀ ਉਹਨਾਂ ਨੂੰ ਸਰਕਾਰ ਨੂੰ ਰਿਹਾ ਕਰਨਾ ਚਾਹੀਦਾ ਹੈ ਬਿਲਕੁਲ ਔਰ ਇਸ ਸੰਦਰਭ ਦੇ ਵਿੱਚ ਅਸੀਂ ਆਪਣੀ ਕੇਂਦਰ ਦੀ ਲੀਡਰਸ਼ਿਪ ਨੂੰ ਵੀ ਸੰਪਰਕ ਕੀਤਾ ਹੈਗਾ ਔਰ ਉਹਨਾਂ ਨੇ ਵੀ ਪ੍ਰਯਾਸ ਕਰਕੇ ਜਿੱਥੇ-ਜਿੱਥੇ ਵੀ ਜੋ ਕਾਨੂੰਨੀ ਅੜਚਣਾਂ ਨੇ ਉਹ ਕਿਦਾਂ ਦੂਰ ਹੋ ਸਕਦੀਆਂ ਇਹਦੇ ਤੇ ਲਗਾਤਾਰ ਕੰਮ ਚੱਲ ਹੈ ਔਰ ਮੈਂ ਬੜੇ ਖੁੱਲੇ ਮਨ ਨਾਲ ਤੁਹਾਡੇ ਕੈਮਰੇ ਦੇ ਅੱਗੇ ਕਹਿ ਰਿਹਾ ਇਸ ਗੱਲ ਨੂੰ ਕਿ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੱਕੀਆਂ ਉਹਨਾਂ ਨੂੰ ਰਿਹਾ ਰਿਹਾ ਹੋਣਾ ਚਾਹੀਦਾ ਔਰ ਸਰਕਾਰ ਜਿੱਥੇ ਜਿਸ ਸਰਕਾਰ ਦਾ ਵੀ ਅਧਿਕਾਰ ਖੇਤਰ ਹੈ ਚਾਹੇ ਉਹ ਦਿੱਲੀ ਸਰਕਾਰ ਦਾ ਅਧਿਕਾਰ ਖੇਤਰ ਹੈ ਤੇ ਚਾਹੇ ਕੇਂਦਰ ਦੀ ਸਰਕਾਰ ਦਾ ਅਧਿਕਾਰ ਖੇਤਰ ਹੈ ਉਹਦੇ ਤੇ ਖੁੱਲੇ ਮਨ ਨਾਲ ਕੰਮ ਕਰਦੇ ਹੋਏ ਉਹਨਾਂ ਨੂੰ ਰਿਹਾ ਕਰਵਾਉਣਾ ਚਾਹੀਦਾ ਹੈ ਜੀ ਜੀਵਨ ਜੀ ਐਸਵਾਈਐਲ ਦੇ ਮੁੱਦੇ ਇਸ ਸੰਬੰਧੀ ਤੁਹਾਡੇ ਕੀ ਵਿਚਾਰ ਨੇ ਦੇਖੋ ਅਸੀਂ ਇਸ ਸਟੈਂਡ ਨੂੰ ਬੜਾ ਕਲੀਅਰ ਕੀਤਾ ਹੈ ਹਮੇਸ਼ਾ ਚਾਹੇ ਉਹ ਐਸਵਾਈਐਲ ਦਾ ਮੁੱਦਾ ਹੋਵੇ ਤੇ ਚਾਹੇ ਚੰਡੀਗੜ੍ਹ ਦਾ ਮੁੱਦਾ ਹੋਵੇ ਹਾਂ ਨਾ ਤਾਂ ਪੰਜਾਬ ਕੋਲ ਇੱਕ ਬੂੰਦ ਜਿਹੜੀ ਹੈਗੀ ਪਾਣੀ ਦੀ ਕਿਸੇ ਹੋਰ ਪ੍ਰਦੇਸ਼ ਨੂੰ ਦੇਣ ਵਾਸਤੇ ਹੈਗੀ ਆ ਅਸੀਂ ਦੇਈ ਨਹੀਂ ਸਕਦੇ ਜੀ ਤੇ ਨਾ ਹੀ ਚੰਡੀਗੜ੍ਹ ਕਿਸੇ ਵੀ ਹਾਲਤ ਚ ਕਿਸੇ ਦੂਜੇ ਸੂਬੇ ਦਾ ਹੈਗਾ ਚੰਡੀਗੜ੍ਹ ਵੀ ਪੰਜਾਬ ਨੂੰ ਮਿਲਣਾ ਚਾਹੀਦਾ ਔਰ ਇਹਦੇ ਬਾਰੇ ਲਗਾਤਾਰ ਪਿਛਲੇ ਸਮੇਂ ਤੋਂ ਸ਼ੰਸ਼ੇ ਵੀ ਪੈਦਾ ਕੀਤੇ ਜਾਂਦੇ ਨੇ ਕਿ ਜੀ ਬੀਜੇਪੀ ਦਾ ਸਟੈਂਡ ਕਲੀਅਰ ਨਹੀਂ ਹੈਗਾ ਬੀਜੇਪੀ ਦਾ ਸਟੈਂਡ ਕਲੀਅਰ ਨਹੀਂ ਹੈਗਾ ਅਸੀਂ ਪੰਜਾਬੀ ਹੋਣ ਦੇ ਨਾਤੇ ਪੰਜਾਬ ਬੀਜੇਪੀ ਬੜਾ ਸਪਸ਼ਟ ਸਟੈਂਡ ਸਾਡੇ ਸੂਬਾ ਪ੍ਰਧਾਨ ਜੀ ਨੇ ਵੀ ਕੀਤਾ ਕਿ ਬਈ ਨਾ ਤਾਂ ਅਸੀਂ ਪਾਣੀ ਕਿਸੇ ਸੂਬੇ ਨੂੰ ਦੇ ਸਕਦੇ ਹਾਂ ਤੇ ਨਾ ਹੀ ਚੰਡੀਗੜ੍ਹ ਕਿਸੇ ਨੂੰ ਦੇ ਸਕਦੇ ਹੈ ਇਸ ਕਰਕੇ ਬੜਾ ਸਪੱਸਾ ਸਟੈਂਡ ਹੈ ਅਸੀਂ ਕੇਂਦਰ ਦੀ ਲੀਡਰਸ਼ਿਪ ਨੂੰ ਵੀ ਹਮੇਸ਼ਾ ਇਸ ਬਾਰੇ ਜਾਣੂ ਕਰਾਇਆ ਕਿ ਇਸ ਮਸਲੇ ਨੂੰ ਹੱਲ ਕੀਤਾ ਜਾਵੇ ਜਿੱਦਾਂ ਵੀ ਕੀਤਾ ਜਾ ਸਕਦਾ ਹੈ ਤਾਂ ਜੋ ਪੰਜਾਬ ਅੱਜ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਮੈਂ ਤਾਂ ਉਹਨਾਂ ਦੀ ਗੱਲ ਕਰ ਰਿਹਾ ਇਸ ਕਰਕੇ ਮੈਂ ਸਮਝਦਾ ਹੈ ਕਿ ਪਾਣੀ ਐਸਵਾਈਐਲ ਦਾ ਮੁੱਦਾ ਹੀ ਬੜਾ ਇੱਕ ਤਰ੍ਹਾਂ ਇਸ ਤਰ੍ਹਾਂ ਦਾ ਹੈਗਾ ਜਿਹਨੂੰ ਦੱਤਾਂ ਨਹੀਂ ਜਾ ਸਕਦਾ ਕਿਸੇ ਨੂੰ ਔਰ ਇਹ ਬੰਦ ਹੋਣੀ ਚਾਹੀਦੀ ਹੈ ਐਸਵਾਈਐਲ ਦੀ ਕੋਈ ਜ਼ਰੂਰਤ ਨਹੀਂ ਕਿਸੇ ਕਿਸਮ ਦੀ ਜੀ ਜਿੱਦਾਂ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਨੇ ਜਿਹੜੀ ਹੁੰਝਾ ਫੇਰ ਜਿੱਤ ਪ੍ਰਾਪਤ ਕੀਤੀ ਤੇ 7ਵੀਂ ਵਾਰ ਆਪਣੀ ਸਰਕਾਰ ਬਣਾਈ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵੀ ਭਾਜਪਾ ਲੋਕਾਂ ਦਾ ਇਦਾਂ ਵਿਸ਼ਵਾਸ ਜਿੱਤ ਪਾਏਗੀ ਸਮਰਥਨ ਮਿਲ ਪਾਏਗਾ ਕਿਸੇ ਟਾਈਮ 'ਤੇ ਦੇਖੋ ਇੱਕ ਬੜਾ ਇਹ ਸਵਾਲ ਜਿਹੜਾ ਤੁਹਾਡਾ ਹੈਗਾ ਕਿ ਪੰਜਾਬ ਦੇ ਵਿੱਚ ਵੀ ਕੀ ਭਾਜਪਾ ਆ ਸਕਦੀ ਹੈ ਹੂੰ 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 ਹੁਣ ਤੱਕ ਬੜੇ ਲੰਬੇ ਸਮੇਂ ਤੋਂ ਅਸੀਂ ਸ਼੍ਰੋਮਣੀ ਕਾਲੀਵਾਲ ਦੀ ਪਾਈਵਾਲੀ ਨਾਲ ਜਿਹੜਾ ਪੰਜਾਬ 'ਚ ਕੰਮ ਕਰ ਰਹੇ ਸੀਗੇ ਜੀ ਔਰ ਸਾਡੀ ਜਿਹੜੀ ਭਾਗੀਦਾਰੀ ਸੀ ਉਹ ਲਗਭਗ 17% ਸੀ ਜੀ ਔਰ ਸਾਨੂੰ ਸੀਮਿਤ ਕੀਤਾ ਸਾਡੇ ਭਾਈਵਾਲ ਨੇ ਉਹਨੇ ਸ਼ਹਿਰਾਂ ਤੱਕ ਸਾਨੂੰ ਸੀਮਿਤ ਕਰਤਾ ਹਮ ਹਮ ਅਸੀਂ ਪਿੰਡਾਂ 'ਚ ਜਾ ਹੀ ਨਹੀਂ ਸਕੇ ਹਮ ਸੋ ਇਸ ਕਰਕੇ ਇੱਕ ਵੱਡਾ ਵਰਗ ਜਿਹੜਾ ਹੈਗਾ ਉਹ ਸਾਡੇ ਤੋਂ ਟੱਚ ਕਰੇ ਬਿਨਾ ਰਹਿ ਰਹਿ ਗਿਆ ਹਮ ਹਮ ਪਰ ਹੁਣ ਜਦੋਂ ਤੋਂ ਇਹ ਸਮਝੌਤਾ ਉਹਨਾਂ ਨੇ ਤੋੜਿਆ ਕਾਲੀ ਦਲ ਨੇ ਤੋੜਿਆ ਸਾਡੇ ਤੋਂ ਸਮਝੌਤਾ ਹਮ ਹਮ ਅਸੀਂ ਲਗਾਤਾਰ ਪਿੰਡਾਂ ਵੱਲ ਵੀ ਵਧ ਰਹੇ ਹਾਂ ਔਰ ਪੰਜਾਬ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲ ਰਹੇ ਹਾਂ ਤੁਸੀਂ ਹੁਣ ਪੰਜਾਬ ਬੀਜੇਪੀ ਦੀ ਜਿਹੜੀ ਨਵੀਂ ਟੀਮ ਬਣੀ ਹੈ ਉਹਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਹੂੰ ਕਿ ਸਾਡੇ ਸੂਬਾ ਪ੍ਰਧਾਨ ਨੇ ਸਭ ਨੂੰ ਸ਼ਮੂਲਿਤ ਕਰਕੇ ਪੰਜਾਬ ਬੀਜੇਪੀ ਦੀ ਟੀਮ ਦੀ ਘੋਸ਼ਣਾ ਕੀਤੀ ਹੈ ਜੀ ਔਰ ਸਾਡਾ ਜਿਹੜਾ ਟਾਰਗੇਟ ਹੈ ਉਹ ਹਰ ਵਰਗ ਨੂੰ ਪੰਜਾਬ ਦੇ ਹਰ ਗਲੀ ਕੂਚੇ ਤੱਕ ਹਰ ਬੂਥ ਤੱਕ ਪਹੁੰਚਣਾ ਇਹ ਸਾਡਾ ਟਾਰਗੇਟ ਹੈ ਔਰ ਕੇਂਦਰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਔਰ ਭਾਜਪਾ ਦਾ ਜਿਹੜਾ ਵਿਚਾਰ ਹੈ ਉਹ ਹਰ ਵਾਰ ਤੱਕ ਪਹੁੰਚੇ ਉਹਨੂੰ ਲੈ ਕੇ ਅਸੀਂ ਜਾਣ ਦੀ ਆਪਣੀ ਯੋਜਨਾ ਬਣਾਈ ਹੋਈ ਹੈ ਔਰ ਅਸੀਂ ਜਾ ਵੀ ਰਹੇ ਹਾਂ ਬਹੁਤ ਹੱਦ ਤੱਕ ਸੋ ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਤੁਸੀਂ ਇੱਕ ਹੋਰ ਚੀਜ਼ ਨੂੰ ਐਡ ਕਰੋ ਕਿ ਪਿਛਲੇ 1.5 ਸਾਲ ਤੋਂ ਜਿਸ ਟੰਗ ਨਾਲ ਚਾਹੇ ਅੱਜ 10 ਮਹੀਨੇ ਤੋਂ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਪੰਜਾਬ ਦੇ ਅੰਦਰ ਉਹਦੇ باوجود ਵੀ ਲੋਕ ਆਮ ਆਦਮੀ ਪਾਰਟੀ ਨੂੰ ਨਹੀਂ ਜੁਆਇਨ ਕਰ ਰਹੇ ਭਾਜਪਾ ਨੂੰ ਜੁਆਇਨ ਕਰ ਰਹੇ ਆ ਬੜੀ ਵੱਡੀ ਪਦਰ ਤੇ ਤੁਸੀਂ ਦੇਖ ਰਹੇ ਹੋ ਤੁਹਾਡੇ ਅਖਬਾਰ ਚ ਵੀ ਛਪਦਾ ਸੋ ਮੈਂ ਦੇਖ ਰਿਹਾ ਕਿ ਜਿੰਨਾ ਸਮਰਥਨ ਪੰਜਾਬ ਬੀਜੇਪੀ ਨੂੰ ਮਿਲ ਰਿਹਾ ਪੰਜਾਬੀਆਂ ਦਾ ਪਿਆਰ ਸਤਿਕਾਰ ਔਰ ਸਨੇਹ ਮਿਲ ਰਿਹਾ ਸੋ ਆਨ ਵਾਲੇ ਦਿਨਾਂ ਤੇ ਪੰਜਾਬ ਭਾਜਪਾ ਇੱਕ ਬਹੁਤ ਵੱਡੀ ਸ਼ਕਤੀ ਬਣ ਕੇ ਲੋਕਾਂ ਦੀ ਬਹੁਤ ਵੱਡੀ ਇੱਕ ਸਮੇਲ ਬਣ ਕੇ ਉਹ ਪੰਜਾਬ ਦੇ ਵਿੱਚ ਆਏਗੀ ਔਰ ਪੰਜਾਬ ਨੂੰ ਠੀਕ ਰਸਤੇ ਤੇ ਲੈ ਕੇ ਜਾਣਾ ਪੰਜਾਬ ਦੇ ਵਿਕਾਸ ਨੂੰ ਅੱਗੇ ਵਧਾਣਾ ਇਹ ਟੀਚਾ ਲੈ ਕਰਕੇ ਅਸੀਂ ਸਾਰੇ ਕੰਮ ਕਰਾਂਗੇ ਜੀਵਨ ਜੀ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਖਾ ਲਈ ਤੇ ਤੁਸੀਂ ਬੜਾ ਵਧੀਆ ਉਪਰਾਲਾ ਕੀਤਾ ਵੀਰਬਾਲ ਦਿਵਸ ਜਿਸ ਬੰਦੀ ਉਪਰਾਲੇ ਕੀਤੇ ਆ ਤੇ ਇਹਨੂੰ ਦੇਖ ਕੇ ਸ਼ਾਇਦ ਕਿ ਨੌਜਵਾਨ ਸਮਝਣ ਪਰ ਫਿਰ ਵੀ ਨਸ਼ਿਆਂ ਤੇ ਕਿਤੇ ਨਾ ਕਿਤੇ ਠੱਲ ਨਹੀਂ ਪੈ ਰਹੀ ਤੇ ਮੌਜੂਦਾ ਸਰਕਾਰ ਸੰਬੰਧੀ ਤੜਕੀ ਵਿਚਾਰ ਹੈ ਦੇਖੋ ਕੋਈ ਵੀ ਸਰਕਾਰ ਆ ਜਾਂਦੀ ਹੈ ਨਸ਼ਾ ਇੱਕ ਬਹੁਤ ਵੱਡਾ ਕੋਡ ਹੈ ਸਾਡੇ ਪੰਜਾਬ ਦੀ ਜਵਾਨੀ ਦੇ ਉੱਪਰ ਔਰ ਸਰਕਾਰ ਜਦੋਂ ਵੀ ਬਣਦੀ ਹੈ ਚਾਹੇ ਹੁਣੇ ਆਮ ਆਦਮੀ ਪਾਰਟੀ ਆ ਲੈਣੀ ਜਦੋਂ ਸਰਕਾਰ ਬਣੀ ਸੀ ਤੁਸੀਂ ਵੀਡੀਓ ਕੱਢ ਕੇ ਦੇਖੋ ਕਿ ਕੇਜਰੀਵਾਲ ਸਾਹਿਬ ਨੇ ਇੱਕ ਗਰੰਟੀ ਦਿੱਤੀ ਸੀ ਕਿ 4 ਮਹੀਨੇ ਦੇ ਅੰਦਰ ਅੰਦਰ ਉਹ ਪੰਜਾਬ ਚੋਂ ਨਸ਼ੇ ਨੂੰ ਖਤਮ ਕਰ ਦੰਗੇ ਪਰ ਖਤਮ ਕਰਨਾ ਤਾਂ ਬੜੀ ਦੂਰ ਦੀ ਗੱਲ ਅੱਜ ਇਹ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਤਾਂ ਉਹਦੇ ਉਲਟਾ ਉਹਦੀ ਟਰਨਯੂਅਰ ਦੇ ਵਿੱਚ ਨਸ਼ਾ ਹੋਰ ਵੱਧ ਗਿਆ ਹੈਗਾ ਸੋ ਇੱਕ ਬਹੁਤ ਵੱਡਾ ਚਿੰਤਾ ਦਾ ਇਹ ਮੈਂ ਸਮਝਦਾ ਕਿ ਵਿਸ਼ਾ ਹੈਗਾ ਔਰ ਇਹਨੂੰ ਖਤਮ ਕਰਨ ਵਾਸਤੇ ਸਰਕਾਰ ਕਿਸੇ ਵੀ ਢੰਗ ਤੋਂ ਗੰਭੀਰ ਨਜ਼ਰ ਨਹੀਂ ਆ ਰਹੀ ਜਿਸ ਢੰਗ ਨਾਲ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜੀ ਹੈ ਜਿਸ ਢੰਗ ਨਾਲ ਪੰਜਾਬ ਦੇ ਅੰਦਰ ਅੱਜ ਨਿਤ ਦਿਨ ਕਤਲ ਹੋ ਰਹੇ ਹਨ ਔਰ ਇਹਦੇ ਨਾਲ ਨਾਲ ਐਨਾ ਹੀ ਨਹੀਂ ਫਰੋਤੀਆਂ ਮੰਗਣ ਵਾਲਾ ਇੱਕ ਰਵਾਜ ਨਵਾਂ ਸ਼ੁਰੂ ਹੋ ਗਿਆ ਪੰਜਾਬ ਦੇ ਅੰਦਰ ਸੋ ਇਹ ਸਾਡੇ ਵਾਸਤੇ ਇੱਕ ਬਹੁਤ ਵੱਡੀ ਖਤਰੇ ਦੀ ਘੰਟੀ ਹੈ ਨਸ਼ੇ ਨੂੰ ਠੱਲਣੀ ਪੈ ਰਹੀ ਸੋ ਇਸ ਨੂੰ ਲੈ ਕੇ ਬਹੁਤ ਗੰਭੀਰਤਾ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ ਪਿਛਲੇ ਦਿਨੀ ਅਸੀਂ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਨਾਲ ਬੈਠੇ ਸੀਗੇ ਸਾਡੀ ਪੰਜਾਬ ਭਾਜਪਾ ਦੀ ਲੀਡਰਸ਼ਿਪ ਉਹਨਾਂ ਨੂੰ ਅਸੀਂ ਵਿਸ਼ੇਸ਼ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕਰਕੇ ਚਿੰਤਾ ਪ੍ਰਗਟ ਕੀਤੀ ਸੀ ਔਰ ਮੈਨੂੰ ਇਹ ਲੱਗਦਾ ਹੈ ਕਿ ਜਲਦੀ ਹੀ ਪੰਜਾਬ ਭਾਜਪਾ ਇਹਦੇ ਤੇ ਕੁਛ ਨਾ ਕੁਛ ਪਲਾਨ ਬਣਾ ਕੇ ਅੱਗੇ ਵਧਣ ਵਾਲੀ ਹੈ ਜੀ ਜਾਂਦੇ ਜਾਂਦੇ ਸਾਡੇ ਜੀਪ ਪਬ ਟੀਵੀ ਦੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਮੈਂ ਤੁਹਾਡੇ ਸਭ ਦਰਸ਼ਕਾਂ ਨੂੰ ਤਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਹੈ ਔਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਅੱਜ ਜ਼ਰੂਰਤ ਹੈ ਪੰਜਾਬ ਜਿਹੜਾ ਸਾਡਾ ਦਿਨ ਬਰ ਦਿਨ ਪਿੱਛੜ ਰਿਹਾ ਹੈ ਜੀ ਬਿਲਕੁਲ ਉਹ ਨੂੰ ਅੱਗੇ ਵਿਦਾਨ ਦੀ ਜ਼ਰੂਰਤ ਹੈ ਔਰ ਉਹਦੇ ਵਾਸਤੇ ਸਾਨੂੰ ਸਭ ਨੂੰ ਇਕੱਠੇ ਹੋਣਾ ਚਾਹੀਦਾ ਸਾਨੂੰ ਸਭ ਨੂੰ ਇਕੱਠੇ ਹੋ ਕਰਕੇ ਪੰਜਾਬ ਦੀ ਜਿਹੜੀ ਸਾਡਾ ਭਾਈਚਾਰਾ ਹੈ ਉਹਦੀ ਰਾਖੀ ਕਰਨ ਵਾਸਤੇ ਸਾਨੂੰ ਉਸ ਵਿਚਾਰ ਦੇ ਨਾਲ ਜਾਣਾ ਚਾਹੀਦਾ ਕਿ ਜਿਹੜਾ ਇਸ ਗੱਲ ਦੀ ਰਾਖੀ ਕਰ ਸਕੇ ਉਸ ਵਿਚਾਰ ਨਾਲ ਜਾਣ ਦੀ ਜ਼ਰੂਰਤ ਹੈ ਔਰ ਖਾਸ ਕਰਕੇ ਜਿਹੜੇ ਅੱਜ ਪੰਜਾਬ ਨੂੰ ਫ੍ਰੀ 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 ਆਵਾਜ਼ ਤੋਰ ਰਹੇ ਨੇ ਉਹਨਾਂ ਤੋਂ ਸਾਨੂੰ ਸਮਝਣਾ ਚਾਹੀਦਾ ਹੈ ਕਿ ਜਿੰਨੀ ਦੇਰ ਸਾਡੇ ਪੰਜਾਬ ਦਾ ਰੈਵਨਿਊ ਨਹੀਂ ਵਧੇਗਾ ਉਨਿੰਦਰ ਕਿਸੇ ਵੀ ਨੂੰ ਫ੍ਰੀ ਨਹੀਂ ਦਿੱਤਾ ਜਾ ਸਕਦਾ ਔਰ ਨਾਲ ਨਾਲ ਮੈਂ ਦੂਸਰੀ ਗੱਲ ਵੀ ਜੋੜਾਂਗਾ ਕਿ ਦੇਖੋ ਪੰਜਾਬ ਦੀ ਇੰਡਸਟਰੀ ਪੰਜਾਬ ਦੀ ਖੇਤੀ ਪੰਜਾਬ ਦਾ ਮਜ਼ਦੂਰ ਇਹਨਾਂ ਸਭ ਨੂੰ ਇਕੱਠੇ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ ਜਿੰਨੀ ਦੇਰ ਇਕੱਠੇ ਨਹੀਂ ਹੋਣਗੇ ਜੀ ਚਾਹੇ ਪੰਜਾਬ ਦਾ ਕਿਸਾਨ ਹੈ ਚਾਹੇ ਪੰਜਾਬ ਦਾ ਇੰਡਸਟ੍ਰੀਸਟ ਹੈ ਔਰ ਚਾਹੇ ਪੰਜਾਬ ਦਾ ਮਜ਼ਦੂਰ ਹੈ ਜਿੰਨੀ ਦੇਰ ਉਹ ਇਕੱਠੇ ਨਹੀਂ ਹੋਣਗੇ ਪੰਜਾਬ ਅੱਗੇ ਨਹੀਂ ਵੱਧ ਸਕਦਾ ਇਸ ਕਰਕੇ ਮੇਰੀ ਇਹ ਬੇਨਤੀ ਹੈ ਕਿ ਆਓ ਜਿਹੜਾ ਪੰਜਾਬ ਨੂੰ ਪਰਮਾਚ ਪਾ ਰਹੇ ਨੇ ਲੋਗ ਉਹਨਾਂ ਨੂੰ ਥੋੜਾ ਰਲ ਕੇ ਸਾਰੇ ਜਣੇ ਇਕੱਠੇ ਹੋ ਕੇ ਮੂੰਹ ਤੋੜ ਜਵਾਬ ਦਿਈਏ ਐਨਾ ਮੇਰਾ ਕਹਿਣਾ ਹੈ